ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਐਚ ਕੇ ਬੁਟੀਕ 'ਤੇ। ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਕੁਛ ਸਟਿਚਿੰਗ ਪੈਟਰਨ, ਕਿਉਂਕਿ ਜ਼ਿਆਦਾਤਰ ਸੂਟ ਜਦੋਂ ਸਟਿਚ ਹੁੰਦੇ ਨਾਲ ਦੀ ਨਾਲ ਹੀ ਕਸਟਮਰ ਦੇ ਦਿੱਤੇ ਜਾਂਦੇ ਜੀ। ਕੁਛ ਪੀਸ ਪਏ ਸੀ ਜੋ ਮੈਂ ਤੁਹਾਨੂੰ ਸ਼ੋਅ ਕਰਨ ਲੱਗੀ। ਇਹ ਹੈਗਾ ਜੀ, ਪਹਿਲਾ ਸੂਟ ਸਟਿਚ ਹੋਇਆ ਵਾ। ਇਹ ਸੂਟ ਗਲਾ ਇਹਦਾ ਇੱਦਾਂ ਹੀ ਬਣਿਆ ਹੋਇਆ ਸੀ, ਐਮਬਰਾਇਡਰੀ ਕਰੀ ਹੋਈ ਸੀ ਗਲੇ 'ਤੇ। ਇਹ ਆਪਾਂ ਦਿੱਤੀ ਹੋਈ ਹੈ ਜੀ ਚੁਨੋਟਾਂ ਵਾਲੀ ਫਰੋਕ। ਚੁਨਟਾਂ ਵਾਲੀ ਫਰੋਕ ਰੈਡੀ ਕਰੀਏ ਜੀ, ਅਤੇ ਇਹਦੀ ਬਾਂਹ ਆਪਾਂ ਤਿਆਰ ਕਰੀਏ ਇਸ ਤਰ੍ਹਾਂ ਕਰਕੇ ਚੁਨਟਾਂ ਵਾਲੀ ਨਾਲ, ਸੇਮ ਉੱਦਾਂ ਹੀ ਵੈਜੂ। ਜਿਹੜੀ ਆਪਾਂ ਇਹਦੇ ਨਾਲ ਦੀ ਕਰੀਮ ਪਾਈਪਿੰਗ ਦਿੱਤੀ ਹੈ, ਇਹਦੇ ਪਲਾਜ਼ੋ ਨਾਲ ਦੀ ਬਾਹਾਂ ਵੀ ਆਪਾਂ ਇੱਦਾਂ ਹੀ ਚੁਨਟਾਂ ਵਾਲੀਆਂ ਇਹਦੀਆਂ ਰੈਡੀ ਕਰੀਆਂ। ਠੀਕ ਹੈ ਜੀ। ਔਰ ਬੈਕ 'ਤੇ ਇਹਦੇ ਗਲੇ ਦੇ ਬੈਕ 'ਤੇ ਆਪਾਂ ਦਿੱਤੀ ਹੋਈ ਡੋਰੀ ਡੋਰੀ ਲਗਾਈ ਹੋਈ ਹੈ ਜੀ। ਫਰੰਟ ਅਤੇ ਬੈਕ ਸੇਮ ਆ ਰਹੀ, ਬੈਕ ਦੀ ਪਲੇਨ ਹੈ ਔਰ ਫਰੰਟ 'ਤੇ ਇਹਦੇ ਐਮਬਰੋਇਡਰੀ ਆ। ਗਲੇ 'ਤੇ ਇਹਦੀ ਐਮਬਰੋਇਡਰੀ ਸੀਗੀ ਪਹਿਲਾਂ ਹੀ, ਔਰ ਇਹ ਇਹਦਾ ਹੈਗਾ ਘੇਰਾ, ਇਹ ਫਰੋਕ ਦਾ ਘੇਰਾ। ਇਸ ਲਈ ਆਪਾਂ ਉਨਾ ਕੀ ਵਾਲਾਂ ਦੇ ਵਿੱਚ ਉਨਾ ਕੀ ਆਪਾਂ ਰੈਡੀ ਕਰਿਆ, ਜ਼ਿਆਦਾ ਆਪਾਂ ਫਲੇਅਰ ਵਾਲੀ ਨਹੀਂ ਬਣਾਈ ਕਿਉਂਕਿ ਇਹਦਾ ਐਮਬਰੋਇਡਰੀ ਥੋੜ੍ਹੀ ਜਿਹੀ ਘੱਟ ਸੀਗੀ। ਜਿੰਨੀ ਇਹਦੀ ਐਮਬਰੋਇਡਰੀ ਸੀ ਉਨੀ ਕੀ ਫਲੇਅਰ ਆਪਾਂ ਰੈਡੀ ਕਰੀਏ, ਇਸ ਲਈ ਆਪਾਂ ਚੁਨਟਾਂ ਵੀ ਥੋੜ੍ਹੀਆਂ ਘੱਟ ਹੀ ਦਿੱਤੀਆਂ। ਠੀਕ ਹੈ ਜੀ। ਇਹ ਆਇਆ ਜੀ ਇਹਦੇ ਨਾਲ ਪਲਾਜੋ ਜੋ ਹੈ, ਇਹ ਪੰਪਲੇਨ ਸੂਟ ਦੀ ਤਰ੍ਹਾਂ ਹੈਗਾ ਜੀ। ਫਰੋਕ ਦੇ ਨਾਲ ਉੱਦਾਂ ਹੀ ਇਹਦਾ ਪਲਾਜੋ ਆਪਾਂ ਰੈਡੀ ਕਰਿਆ ਸ਼ਰਾਰੇ 'ਚ। ਇਹ ਦੇਖੋ ਜੀ, ਇਹ ਹੈਗਾ ਜੀ ਇਹਦਾ ਪਲਾਜੋ, ਉੱਦਾਂ ਹੀ ਚੁਨਟਾਂ ਵਾਲਾ ਆਪਾਂ ਪਲਾਜੋ ਦੇ ਨਾਲ ਰੈਡੀ ਕਰਿਆ। ਇਹ ਸੀ ਉੱਪਰ ਲਾਸਟਿਕ ਆ, ਬਸ ਸਿੰਪਲੀ ਫਰੰਟ ਬੈਕ 'ਤੇ ਇਹ ਆ ਗਈ ਜੀ ਇਹਦੀ ਲੁੱਕ। ਇਹ ਬਣਿਆ ਹੋਇਆ ਜੀ ਚੁਨਟਾਂ ਵਾਲਾ ਸ਼ਰਾਰਾ। ਫਲੇਅਰ 'ਤੇ ਇਹਦੇ ਆਪਣੇ ਅਕੋਰਡਿੰਗ ਕਸਟਮਰ ਦੇ ਡਿਮਾਂਡ 'ਤੇ ਜ਼ਿਆਦਾ ਵੱਧ ਘੱਟ ਹੋ ਜਾਂਦੀ ਹੈ ਜੀ। ਤਾਂ ਇਹ ਆ ਗਈ ਨੀਚੇ ਜੀ, ਠੀਕ ਹੈ। ਔਰ ਜੇ ਆ ਗਿਆ ਇਹ ਆ ਗਿਆ ਜੀ ਉਹਦੇ ਵਾਲਾਂ ਦੇ ਉੱਪਰ, ਕੁਛ ਇਸ ਤਰ੍ਹਾਂ ਦੀ ਇਹਦੀ ਲੁੱਕ ਹੈ ਜੀ। ਜੇ ਦੇਖਿਆ ਜੇ ਬਣਾ ਹੋਇਆ, ਇਸ ਕਰਕੇ ਗਲੇ 'ਤੇ ਪਾਈਪਿੰਗ ਦਿੱਤੀ ਹੋਈ ਹੈ, ਗਲੇ 'ਤੇ ਪਾਈਪਿੰਗ, ਬਟਨ ਦੇ ਨਾਲ ਇਹ ਨੈਕਟਾਈ। ਇਹ ਗਲੇ ਦਾ ਡਿਜ਼ਾਇਨ ਹੈ ਜੀ, ਤੁਹਾਨੂੰ ਮੈਂ ਬਾਂਹ ਦਾ ਡਿਜ਼ਾਇਨ ਦਿਖਾਉਂਦੀ ਹਾਂ। ਬਾਂਹ ਦਾ ਡਿਜ਼ਾਇਨ ਇਹਦਾ ਇੱਦਾਂ ਦਾ ਬਣਾਇਆ ਸੀ, ਕਫ ਸਟਾਈਲ ਦੇ ਵਿੱਚ। ਇਹ ਹੈ ਜੀ ਇਸ ਬਾਂਹ ਦਾ ਡਿਜ਼ਾਇਨ, ਬਹੁਤ ਹੀ ਪਿਆਰੀ ਲੁੱਕ ਆ ਰਹੀ ਹੈ ਇਸ ਡਿਜ਼ਾਇਨ ਦੇ ਵਿੱਚ। ਇਹ ਹੈ ਜੀ ਇਸ ਦਾ ਬਾਂਹ ਦਾ ਡਿਜ਼ਾਇਨ। ਔਰ ਇਹਦੇ ਸਾਰੇ ਆਪਣੇ ਚੱਕਾਂ 'ਤੇ ਹੋਰ ਸਾਈਡ 'ਤੇ ਆਪਾਂ ਦਿੱਤੀ ਹੋਈ ਲੈਸ, ਲੈਸ ਦੇ ਨਾਲ ਇਹਦੀ ਫਿਨਿਸ਼ਿੰਗ ਕੀਤੀ ਹੋਈ ਹੈ। ਚੱਕਾਂ ਦੇ ਵਿੱਚ ਆਪਾਂ ਗੁੰਮ ਲੈਸ ਲਗਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ। ਗਲਾ ਇਹਦਾ ਗੋਲ ਦੇ ਨਾਲ ਪਾਈਪਿੰਗ ਜੀ। ਔਰ ਇਹ ਆਏ ਜੀ ਇਹਦੀ ਕੱਪ ਸਟਾਈਲ ਦੇ ਵਿੱਚ ਬਾਜੂ, ਤੁਸੀਂ ਦੇਖ ਸਕਦੇ ਹੋ। ਇਹ ਹੈ ਜੀ ਇਹਦੀ ਬਾਜੂ। ਪਲਾਜੋ ਇਹਦਾ ਸਿੰਪਲ ਹੈ ਜੀ, ਪੈਂਟ ਪਲਾਜੋ ਇਹਦੇ ਨਾਲ, ਪੈਂਟ ਪਲਾਜੋ ਨੀਚੇ ਕੱਟ ਵਰਕ ਦਿੱਤੇ, ਇਹ ਵਾਲੇ ਕੱਟ ਵਰਕ ਆਉਣਗੇ ਜੀ। ਸਿੰਪਲ ਪੈਂਟ ਪਲਾਜੋ ਹੈ ਇਹਦੇ ਵਿੱਚ, ਹੋਰ ਕੁਛ ਡਿਜ਼ਾਇਨਿੰਗ ਨਹੀਂ ਹੈ ਪਲਾਜੋ ਦੇ ਵਿੱਚ। ਸ਼ਰਟ 'ਚ ਬਾਜੂ ਦਾ, ਅਤੇ ਬਸ ਆਪਾਂ ਫੋਰ ਸਾਈਡ ਲੈਸ ਦੇ ਨਾਲ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਹੈ। ਠੀਕ ਹੈ ਜੀ। ਇਹ ਰਿਹਾ ਜੀ ਨੈਕਸਟ। ਨੈਕਸਟ ਤੁਸੀਂ ਦੇਖੋ, ਆਪਾਂ ਗਲੇ 'ਤੇ ਸਿਰਫ ਗਲੇ ਦੀ ਇਹਦੀ ਐਮਬਰੋਇਡਰੀ ਹੋਈ ਵੀ ਸੀਗੀ, ਸਿਰਫ ਪਾਈਪਿੰਗ ਦੇ ਨਾਲ ਇਹ ਫਿਨਿਸ਼ਿੰਗ ਦਿੱਤੀ ਹੈ। ਅਤੇ ਬਾਂਹ ਦਾ ਡਿਜ਼ਾਇਨ ਵੀ ਇਹਦਾ ਆਲਮੋਸਟ ਬਣਿਆ ਹੀ ਹੋਇਆ ਸੀ ਜੀ। ਇਹ ਦੇਖੋ ਸ਼ਰਟ ਦੇ ਵਿੱਚ ਆਪਾਂ ਐਕਸਟਰਾ ਕੁਛ ਕਰਿਆ ਨਹੀਂ ਜ਼ਿਆਦੇ, ਸਿਰਫ ਚੌਕਾਂ 'ਤੇ ਫੋਰ ਸਾਈਡ 'ਤੇ ਪਾਈਪਿੰਗ ਲੈਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ। ਇਹ ਦੇਖੋ ਜੀ, ਇਹ ਗੁੰਮ ਲਾਈ ਲਗਾ ਕਰ ਇਹਦੀ ਆਪਣੀ ਇਹ ਲੈਸ ਲਗਾ ਕੇ ਫਿਨਿਸ਼ਿੰਗ ਦਿੱਤੀ ਹੈ ਜੀ। ਠੀਕ ਹੈ। ਸ਼ਰਟ ਦੇ ਵਿੱਚ ਐਕਸਟਰਾ ਕੁਛ ਨਹੀਂ ਹੈ ਜੀ, ਬਸ ਐਮਬਰੋਇਡਰੀ ਸੀਗੀ ਆਪਾਂ ਸਿੰਪਲ ਰੱਖੀ ਹੈ। ਇਹਦੇ ਨਾਲ ਆ ਰਿਹਾ ਜੀ ਪਲਾਜੋ ਦੀ ਲੁੱਕ ਆਪਾਂ ਚੇਂਜ ਕਰੀਏ। ਇਹ ਹੈ ਜੀ ਕਲੀਆਂ ਵਾਲਾ ਸ਼ਰਾਰਾ।
कलियां पाके इस तरह ये नाल इशरारा डिजाइन रेडी होया जी। देखो ये रही जी, क्योंकि कस्टमर की डिमांड सी कि आप ना फ्लेयर ज़्यादा रेडी नहीं करनी है, इसलिए आप कम जो ज़्यादा फ्लेयर कस्टमर की चॉइस के अकॉर्डिंग रेडी कर सकते हैं, उन्निया की कलियां पा के आ गया जी। ये आ गई लुक, शर्ट ये सिंपल ही है जी। ये आ गया जी अपना नैक्सट डिजाइन स्टिचिंग का। ये देखो जी, ये सूट के बनया हुआ डिजाइन से सारा, ये आप ज़्यादा एक्सट्रा सूट कुछ नहीं करया हुआ, ये सारी डिजाइनिंग ये पेंटिक्स के नाल सूट के ऑलरेडी सी जी। ये गला तो ये बनया हुआ जी, यदा घेरा ये कुछ घेरे का डिजाइन जो कि बनया हुआ जी सारा। यू आप स्टिचिंग सिर्फ ये जी कि यदि बांह तो कुछ नहीं सी, प्लेन बाजू से जी, फैब्रिक प्लेन से बाजू तो कोई डिजाइनिंग नहीं। आप इदा ही पेंटिक्स पा के ये बाजू का डिजाइन रेडी करें, सेम कुछ आप इदा का बांह से डिजाइन दिता जोड़ा कि बिल्कुल मैच हो रहा। इदा ही आप प्लाजो रेडी करे जी। शर्ट के होर एक्सट्रा कुछ नहीं है, बैक ये प्लेन ही सी जी, कोई डिजाइनिंग नहीं करी, जो डिजाइन सीगा आप उदा ही रेडी करू, ठीक है जी। वो अकॉर्डिंग सिर्फ आप बांह की डिजाइन बनाई है, तो प्लाजो यदा सिंपल ही है जी, स्टेट प्लाजो आ, बस नॉर्मली कंफर्टेबल प्लाजो हों जो 10 इंच मूहरी वाला उस तरह करके जी। आप प्लाजो तो कुछ इस तरह की डिजाइनिंग करिए, सेम ही बाजू नाल दी जो शर्ट के डिजाइन दिता हुआ सी, सेम उदा ही आप प्लाजो रेडी करे, तो उदा ही आप बांह का डिजाइन रेडी करे जी, जो कि बहुत ही सोहना पीस बन गया। हूँ यदि लुक बहुत वधिया आ रही है जी, इस तरह हल्की जी डिजाइन सोबर जी डिजाइनिंग देने दे नाल एक एक्सट्रा पीस बन गया है जी। ये डिजाइनर ज बहुत ही प्यारी लुक आ रही है जी। इस तरह ही जी जे तुहानू साडे स्टिचिंग दे डिजाइन वधिया लगे तो जी वीडियो नू लाइक कर देना, शेयर कर देना, जो पहली बार आए ने जी चैनल नू सबसक्राइब कर लेना। तो मिलते हैं जी आपां नैक्सट वीडियो दे विच। वैसे तो असी हर वीडियो ज़्यादातर कपड़े की वरायटी ही लैके आने, बस कुछ पीस पैसे जी जो तुहानू मैं करवाने चाहती सी, इदा बुटीक से हल्की फुल्की डिजाइनिंग दे नाल स्टिचिंग भी अवेलेबल है। नैक्सट वीडियो असी तुहानू कपड़े की वरायटी ही शो करांगे जी, बस वीडियो नू लाइक कर देना, शेयर कर देना, चैनल नू सब्सक्राइब कर देना जी। धन्यवाद जी।